ਹਾਂਜੀ ਦੋਸਤੋ ਐਮਰਡਿ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਾਨਕਿ ਫੂਡ ਸਪਲਾਈ ਵਿਭਾਗ ਦੇ ਵਿੱਚ ਬਖ ਬਖ ਪੋਸਟਾਂ ਅਨਾਉਂਸ ਕਰ ਦਿੱਤੇ ਗਏ ਨੇ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਵੇਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਤੇ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਕੌਣ-ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈੱਲ ਆਈਕਨ ਨੂੰ ਵੀ ਪ੍ਰੈਸ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਾ ਮ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀਆਂ ਹੁੰਦੀ ਜਿਸ ਨੂੰ ਪੜਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰ ਦਿਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੰਪੋਰਟੈਂਟ ਡੇਟਸ ਕਿਹੜੀਆਂ-ਕਿਹੜੀਆਂ ਨੇ ਜੀ ਟੈਂਟੇਟਿਵ ਸ਼ਡਿਊਲ ਜੋ ਜਾਰੀ ਕੀਤਾ ਗਿਆ ਹੈ ਜੋ ਸਬਮਿਸ਼ਨ ਹੈ ਜੀ ਆਨਲਾਈਨ ਐਪਲੀਕੇਸ਼ਨਾਂ ਦੀ ਜੋ ਸ਼ੁਰੂਆਤ ਹੋ ਜਾਵੇਗੀ ਜੀ 27 8 2022 ਯਾਨੀ ਕਿ 27 ਅਗਸਤ ਤੋਂ ਸ਼ੁਰੂ ਹੋ ਜਾਵੇਗੀ ਜੀ ਆਨਲਾਈਨ ਅਪਲਾਈ ਹੋਣਾ ਅਤੇ ਉਸ ਤੋਂ ਬਾਅਦ ਲਾਸਟ ਡੇਟ ਰੱਖੀ ਗਈ ਹੈ ਜੀ ਅਪਲਾਈ ਕਰਨ ਦੀ 26 ਸਤੰਬਰ 2022 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਜੋ ਐਡਮਿਟ ਕਾਰਡ ਹੋਣਗੇ ਕਾਲ ਲੈਟਰ ਹੋਣਗੇ ਜੀ ਉਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੋਂ ਡਾਊਨਲੋਡ ਕਰ ਸਕੋਗੇ 10 ਦਿਨ ਪਹਿਲਾਂ ਜੀ ਪੇਪਰ ਤੋਂ ਡੇਟ ਹੋਵੇਗੀ ਜੀ ਆਨਲਾਈਨ ਟੈਸਟ ਹੋਵੇਗਾ ਜੀ ਉਹਨਾਂ ਪੋਸਟਾਂ ਦੇ ਲਈ ਉਹ ਤੁਸੀਂ ਇਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਵਿਜ਼ਿਟ ਕਰਕੇ ਚੈੱਕ ਕਰਦੇ ਰਹੋ ਜੋ ਕਿ hcfci.gov.in ਇਹਨਾਂ ਵੱਲੋਂ ਟੈਂਟੇਟਿਵਲੀ ਕਿਹਾ ਗਿਆ ਹੈ ਕਿ ਮੰਤ ਦਸੰਬਰ ਦੇ ਵਿੱਚ ਤੁਹਾਡਾ ਜੋ ਟੈਸਟ ਲਿਆ ਜਾਵੇਗਾ ਜੀ ਹੁਣ ਤੁਹਾਨੂੰ ਦੱਸਤੀ ਹੈ ਕਿ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਐਡਵਰਟਾਈਜ਼ਮੈਂਟ ਨੰਬਰ ਨੋਟ ਕਰ ਸਕਦੇ ਹੋ ਜੀ ਐਡਵਰਟਾਈਜ਼ਮੈਂਟ ਨੰਬਰ 22 ਅਪਲੀਕੇ 2022 ਅਪਸੇ ਕੈਟੇਗਰੀ 2 ਜੋਨ ਬਾਈ ਦੇਨਾਂ ਵੱਲੋਂ ਰਿਕਰੂਟਮੈਂਟ ਜਾਰੀ ਕੀਤੀ ਗਈ ਹੈ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਜੋ ਨਾਰਥ ਜ਼ੋਨ ਹੈ ਜੀ ਇਸ ਦੇ ਵਿੱਚ ਪੰਜਾਬ ਆਉਂਦਾ ਹੈ ਤੇ ਆਪਾਂ ਇਸ ਦੀ ਗੱਲ ਕਰਾਂਗੇ ਨਾਰਥ ਜ਼ੋਨ ਦੀ ਗੱਲ ਕਰਾਂਗੇ ਇਹਦੇ ਵਿੱਚ ਮੈਨੇਜਰ ਜਨਰਲ ਦੀਆਂ ਪੋਸਟਾਂ ਨੇ ਜਿੰਦੇ ਵਿੱਚ ਪੋਸਟ ਕੋਡ A ਰੱਖਿਆ ਗਿਆ ਤੇ ਸਕੇਲ ਦਿੱਤਾ ਜਾਵੇਗਾ 40000 ਤੋਂ ਲੈ ਕੇ 1 ਲੱਖ 40000 ਰੁਪਏ ਪ੍ਰਤੀ ਮਹੀਨਾ ਏਜ ਲਿਮਟ ਦੀ ਗੱਲ ਕਰੀਏ ਤਾਂ 28 ਸਾਲ ਰੱਖੀ ਗਈ ਹੈ ਇਸ ਦੇ ਵਿੱਚ OBC ਲਈ ਇੱਕ ਪੋਸਟ ਰਾਖਵੀਂ ਰੱਖੀ ਗਈ ਹੈ ਟੋਟਲ ਪੋਸਟਾਂ ਦੀ ਗਿਣਤੀ 1 ਹੈ ਜੀ ਤੇ ਉਸ ਤੋਂ ਬਾਅਦ ਗੱਲ ਕਰੀਏ ਪੀ ਡਬਲਯੂ ਡੀ ਪੀ ਡੀ ਦੇ ਵਿੱਚ ਇਹ ਕੈਟਾਗਰੀ ਵਾਲੇ ਲਈ ਪੋਸਟ ਇੱਕ ਹੈ ਜੀ ਟੋਟਲ ਪੋਸਟਾਂ ਦੀ ਗਿਣਤੀ ਇੱਕ ਰੱਖੀ ਗਈ ਹੈ ਮੈਨੇਜਰ ਡੈਪੂਟੇਸ਼ਨ ਦੇ ਉੱਤੇ 20 ਪੋਸਟ ਬੀ ਕੈਟਾਗਰੀ ਹੈ ਜੋ ਪੋਸਟ ਕੋਡ ਬੀ ਰੱਖਿਆ ਗਿਆ ਹੈ ਜੀ ਇਹਦੇ ਵਿੱਚ 40000 ਤੋਂ ਲੈ ਕੇ 140000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 28 ਸਾਲ ਦੀ ਏਜ ਲਿਮਟ ਰੱਖੀ ਗਈ ਹੈ ਐਸਸੀ ਲਈ ਇੱਕ ਪੋਸਟ ਹੈ ਐਸਟੀ ਲਈ ਇੱਕ ਪੋਸਟ ਹੈ ਓਬੀਸੀ ਲਈ ਦੋ ਪੋਸਟਾਂ ਨੇ ਟੋਟਲ ਪੋਸਟਾਂ ਦੀ ਗਿਣਤੀ 4 ਹੈ ਮੈਨੇਜਰ ਮੂਵਮੈਂਟ ਦੀ ਪੋਸਟ ਹੈ ਜੀ ਪੋਸਟਾਂ ਦੀ ਗਿਣਤੀ ਜੋ ਹੈ ਟੋਟਲ 5 ਹੈ ਜਿਸ ਦੇ ਵਿੱਚ ਕੈਟਾਗਰੀ ਵਾਈ ਜੀਡਬਲਿਊ ਐਸ ਲਈ 1 ਹੈ ਤੇ 4 ਜਨਰਲ ਕੈਟਾਗਰੀ ਲਈ ਰੱਖਵੇਂ ਰੱਖੇ ਗਏ 28 ਸਾਲ ਏਜ ਲਿਮਟ ਰੱਖੀ ਗਈ ਹੈ ਤੇ 40000 ਤੋਂ 1 ਲੱਖ 40000 ਰੁਪਏ ਪ੍ਰਤੀ ਮਹੀਨਾ ਤਨਖਾਹ ਰੱਖੀ ਗਈ ਹੈ ਉਸ ਤੋਂ ਬਾਅਦ ਤੁਸੀਂ ਇੱਧਰ ਵੀ ਚੈੱਕ ਕਰ ਸਕਦੇ ਹੋ ਪੀਡਬਲਿਊ ਬੀਡੀ ਦੇ ਲਈ ਕੈਟਾਗਰੀ ਲਈ ਕਿੰਨੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਮੈਨੇਜਰ ਅਕਾਊਂਟਸ ਦੀਆਂ ਪੋਸਟਾਂ ਨੇ ਜੀ ਇਸ ਦੇ ਵਿੱਚ 28 ਸਾਲ ਉਮਰ ਰੱਖੀ ਗਈ ਹੈ ਮੈਕਸਿਮਮ ਤੇ 40000 ਤੋਂ 1 ਲੱਖ 4 ਇਦੇ ਵਿੱਚ ਐਸਟੀ ਲਈ ਜੀ 4 ਪੋਸਟਾਂ ਨੇ, OBC ਲਈ 2 ਪੋਸਟਾਂ ਨੇ, EWS ਲਈ 2 ਪੋਸਟਾਂ ਨੇ, 6 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਨਰਲ ਕੈਟਾਗਰੀ ਲਈ ਟੋਟਲ ਪੋਸਟਾਂ 14 ਅਨਾਉਂਸ ਕੀਤੀਆਂ ਗਈਆਂ ਨੇ ਜੀ। ਮੈਨੇਜਰ ਟੈਕਨੀਕਲ ਪੋਸਟ ਕੋਡ ਹੈ ਜੀ E 40000 ਤੋਂ 1,40,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। 28 ਸਾਲ ਉਮਰ ਰੱਖੀ ਗਈ ਹੈ। 2 SC ਲਈ, 4 ST ਲਈ, 1 EWS ਲਈ ਤੇ 2 ਜਨਰਲ ਦੇ ਲਈ ਟੋਟਲ 9 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ। ਮੈਨੇਜਰ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੈਟਾਗਰੀ ਕੋਡ ਹੈ, ਪੋਸਟ ਕੋਡ ਹੈ ਜੀ ਐਪ ਚਲੀ ਜਾ ਤੋ 140000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ 28 ਸਾਲ ਉਮਰ ਰੱਖੀ ਗਈ ਹੈ ਇੱਕ OBC ਲਈ ਹੈ ਪੋਸਟ EWS ਲਈ ਕਰਾ ਹੈ ਤੇ ਜਨਰਲ ਲਈ ਇੱਕ ਪੋਸਟ ਟੋਟਲ ਪੋਸਟਾਂ ਦੀ ਗਿਣਤੀ 3 ਹੈ ਮੈਨੇਜਰ ਇਲੈਕਟ੍ਰੀਕਲ ਇੰਜੀਨੀਅਰਿੰਗ ਤੇ ਲਈ ਥਰਮੋਮੈਕੈਨिकल ਇੰਜੀਨੀਅਰਿੰਗ ਲਈ ਪੋਸਟ ਕੋਡ ਹੈ ਜੀ 28 ਸਾਲ ਮੈਕਸਿਮਮ ਏਜ ਰੱਖੀ ਗਈ ਹੈ 40000 ਤੋਂ 1 ਤੱਕ 40000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਤੇ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਇੱਕ ਜੋ ਕਿ ਜਨਰਲ ਕੈਟਾਗਰੀ ਲਈ ਰਾਖਮੀ ਰੱਖੀ ਗਈ ਹੈ ਮੈਨੇਜਰ ਹਿੰਦੀ ਦੀ ਪੋਸਟ ਹੈ ਜੀ ਐਚ ਪੋਸਟ ਕੋਡ ਹੈ ਜੀ 40000 ਤੋਂ 1 ਲੱਖ 40000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਮੈਕਸਿਮਮ ਏਜ ਡਿਲੀਮਿਟ ਰੱਖੀ ਗਈ ਹੈ 35 ਸਾਲ ਇੱਕ ਪੋਸਟ ਜੋ ਕਿ ਜਨਰਲ ਕੈਟਾਗਰੀ ਲਈ ਰਾਖਮੀ ਰੱਖੀ ਗਈ ਹੈ ਟੋਟਲ ਪੋਸਟਾਂ ਤੁਸੀਂ ਦੇਖ ਸਕਦੇ ਹੋ ਜੀ ਕੈਟਾਗਰੀ ਵਾਈਜ਼ ਕਿੰਨੀਆਂ ਨੇ ਪੀ ਡਬਲਯੂ ਬੀ ਡੀ ਦੇ ਲਈ ਵੀ ਤੁਸੀਂ ਚੈੱਕ ਕਰੋਗੇ ਪੋਸਟਾਂ ਕਿੰਨੀਆਂ ਇਹਨਾਂ ਵੱਲੋਂ ਇਹ ਰਕੈਂ ਨੇ ਸੌਥ ਜ਼ੋਨ ਦੇ ਲਈ ਅਲੱਗ-ਅਲੱਗ ਜ਼ੋਨ ਬਾਈ ਜਿੰਨਾਂ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਲਈ ਜੋ ਹੈ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਤੁਸੀਂ ਕੀਤੀ ਹੈ ਕਿਸੇ ਵੀ ਡਿਸਪੀਸਪਲਨ ਦੇ ਵਿੱਚ ਕੋਈ ਵੀ ਅ ਡਿਸਪੀਸਪਲਨ ਦੇ ਵਿੱਚ ਤੇ 60 ਪ੍ਰਤੀਸ਼ਤ ਮਾਰਕਸ ਕੀਤੇ ਹੈਗੇ ਨੇ ਤੁਹਾਡੇ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਅਸੀਂ ਇਹ ਜਾਂ ICW ACs ਕੀਤਾ ਤਾਂ ਵੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਮੈਨੇਜਰ ਡੈਪੂਟੇਸ਼ਨ ਦੇ ਲਈ ਜੀ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਕਿਸੇ ਵੀ ਸਟਰੀਮ ਦੇ ਵਿੱਚ 60% ਮਾਰਕਸ ਨਾਲ ਸੇਮ ਡਿਗਰੀ ਰੱਖੀ ਗਈ ਹੈ ਜੀ ਮੈਨੇਜਰ ਮੂਵਮੈਂਟ ਦੇ ਲਈ ਵੀ ਸੇਮ ਜੋ ਹੈ ਕੁਆਲਿਫਿਕੇਸ਼ਨ ਰੱਖੀ ਗਈ ਹੈ ਮੈਨੇਜਰ ਅਕਾਊਂਟਸ ਦੇ ਲਈ ਤੁਸੀਂ ਚੈੱਕ ਕਰ ਸਕਦੇ ਹੋ ਐਸੋਸੀਏਟ ਮੈਂਬਰਸ਼ਿਪ ਹੋਣੀ ਚਾਹੀਦੀ ਹੈ ਜੀ ਜੋ ਕਿ ਦਾ ਇੰਸਟੀਚਿਊਟ ਆਫ ਚੈਟਰਡ ਅਕਾਊਂਟੈਂਟ ਆਫ ਇੰਡੀਆ ਦੇ ਵਿੱਚ ਦਾ ਇੰਸਟੀਚਿਊਟ ਆਫ ਕੋਸਟ ਅਕਾਊਂਟੈਂਟਸ ਆਫ ਇੰਡੀਆ ਦੇ ਵਿੱਚ ਦਾ ਇੰਸਟੀਚਿਊਟ ਆਫ ਕੰਪਨੀ ਸਕੱਤਰੀਜ਼ ਆਫ ਇੰਡੀਆ ਦੇ ਵਿੱਚ ਜੀ ਜਾਂ ਬੀ ਕਾਮ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਉਸ ਤੇ ਨਾਲ ਹੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਐਮਬੀ ਕੀਤੀ ਹੋਵੇ ਜੀ 풀 ਟਾਈਮ ਡਿਪਲੋਮਾ ਕੀਤਾ ਹੋਵੇ 2 ਸਾਲ ਦਾ ਮਿਨੀਮਮ ਘੱਟੋ ਘੱਟ UGC ICET ਰੈਕਗਨਾਈਜ਼ਡ ਸੰਸਥਾ ਤੋਂ ਜਾਂ ਪੋਸਟ ਗ੍ਰੈਜੂਏਸ਼ਨ ਪਾਰਟ ਟਾਈਮ ਐਮਬੀ ਕੀਤੀ ਹੋਵੇ ਜੀ ਡਿਗਰੀ ਕੀਤੀ ਹੋਵੇ ਡਿਪਲੋਮਾ ਕੀਤਾ ਹੋਵੇ ਘੱਟੋ ਘੱਟ 3 ਸਾਲ ਦਾ ਜੀ UGC AICTE ਜੋ ਹੈ ਸੰਸਥਾ ਤੋਂ ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਪੋਸਟ ਗ੍ਰੈਜੂਏਸ਼ਨ ਐਮਬੀ ਕੀਤੀ ਹੈ ਫਾਈਨੈਂਸ ਦੇ ਵਿੱਚ ਡਿਗਰੀ ਕੀਤੀ ਹੈ ਡਿਪਲੋਮਾ ਕੀਤਾ ਡਿਸਟੈਂਸ ਐਜੂਕੇਸ਼ਨ ਰਾਹੀਂ ਚਾਹੇ UGC ASHT AICTE ਅਪਰੂਵਡ ਸੰਸਥਾ ਤੋਂ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮੈਨੇਜਰ ਟੈਕਨੀਕਲ ਦੇ ਲਈ ਜੀ ਬੀਐਸਸੀ ਐਗਰੀਕਲਚਰ ਕੀਤੀ ਹੈ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਜਾਂ ਬੀਟੈਕ ਦੀ ਡਿਗਰੀ ਕੀਤੀ ਹੈ ਜਾਂ ਬੀਈ ਕੀਤੀ ਹੈ ਫੂਡ ਸਾਇੰਸ ਤੋਂ ਸਾਇੰਸ ਵਿਸ਼ੇ ਨਾਲ ਜੀ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਬੀਟੈਕ ਡਿਗਰੀ ਕੀਤੀ ਹੈ ਜਾਂ ਬੀ ਕੀਤੀ ਹੈ ਫੂਡ ਸਾਇੰਸ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਜਾਂ ਫੂਡ ਟੈਕਨੋਲੋਜੀ ਦੇ ਵਿੱਚ ਫੂਡ ਪ੍ਰੋਸੈਸਿੰਗ ਟੈਕਨੋਲੋਜੀ ਦੇ ਵਿੱਚ ਫੂਡ ਪ੍ਰੋਸੈਸ ਇੰਜੀਨੀਅਰਿੰਗ ਦੇ ਵਿੱਚ ਜਾਂ ਫੂਡ ਪ੍ਰੋਸੈਸ ਆਫ ਔਰ ਫੂਡ ਪ੍ਰੀਜ਼ਰਵੇਸ਼ਨ ਟੈਕਨੋਲੋਜੀ ਦੇ ਵਿੱਚ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਜਾਂ ਬੀਟੈਕ ਕੀਤੀ ਹੈ ਤੁਸੀਂ ਐਗਰੀਕਲਚਰ ਇੰਜੀਨੀਅਰਿੰਗ ਦੇ ਵਿੱਚ ਜਾਂ ਬੀਟੈਕ ਕੀਤੀ ਹੈ ਜਾਂ ਬੀ ਕੀਤੀ ਹੈ ਬਾਇਓਟੈਕਨੋਲੋਜੀ ਦੇ ਵਿੱਚ ਇੰਡਸਟਰੀਅਲ ਬਾਇਓਟੈਕਨੋਲੋਜੀ ਦੇ ਵਿੱਚ ਜਾਂ ਬਾਇਓਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਜਾਂ ਐਗਰੀਕਲਚਰ ਬਾਇਓਟੈਕਨੋਲੋਜੀ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਮੈਨੇਜਰ ਸਿਵਲ ਇੰਜੀਨੀਅਰਿੰਗ ਦੇ ਵਿੱਚ ਤੁਹਾਡੀ ਜੋ ਹੈ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਸਿਵਲ ਇੰਜੀਨੀਅਰਿੰਗ ਦੇ ਵਿੱਚ ਤਾਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਮੈਨੇਜਰ ਇਲੈਕਟ੍ਰੀਕਲ ਐਂਡ ਮਕੈਨੀਕਲ ਇੰਜੀਨੀਅਰਿੰਗ ਦੇ ਲਈ ਜੀ ਡਿਗਰੀ ਕੀਤੀ ਹੋਵੇ ਤੁਹਾਡੀ ਇਲੈਕਟ੍ਰੀਕਲ ਇੰਜੀਨੀਅਰਿੰਗ ਔਰ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਮੈਨੇਜਰ ਹ ਜਾਂ ਇਕੁਇਵਲੈਂਟ ਇਨ ਹਿੰਦੀ ਵਿਦ ਇੰਗਲਿਸ਼ ਐਜ਼ ਅ ਸਬਜੈਕਟ ਆਫ ਡਿਗਰੀ ਲੈਵਲ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਕੁਝ ਕੁਆਲਿਫੀਕੇਸ਼ਨ ਚਾਅ ਦੱਤੀਆਂ ਹੋਈਆਂ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਫੇਰ ਹੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਕੁਝ ਟਰਮ ਐਂਡ ਕੰਡੀਸ਼ਨਸ ਨੇ ਆਨਲਾਈਨ ਤੁਹਾਡਾ ਪੇਪਰ ਹੋਵੇਗਾ ਫੇਜ਼ 1 ਐਂਡ ਫੇਜ਼ 2 ਹੋਵੇਗਾ ਅਲੱਗ-ਅਲੱਗ ਪੋਸਟਾਂ ਵਾਸਤੇ ਅਲੱਗ-ਅਲੱਗ ਟੈਸਟ ਹੋਵੇਗਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਵੇਂ ਕਿਸ ਤਰ੍ਹਾਂ ਹੋਵੇਗਾ ਫੇਰ ਹੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਿਓ ਤੁਸੀਂ ਚੰਗੀ ਤਰ੍ਹਾਂ ਇਹਨਾਂ ਟਰਮ ਐਂਡ ਕੰਡੀਸ਼ਨਸ ਨੂੰ ਪੜ੍ਹ ये तो सिलेबस है फेज़ टू का ऑनलाइन टैसट होगा चैक कर सकते हो कि फेज़ वन पेपर होगा ओनली तो फेज़ वन एंड फेज टू कि जो है पोस्टा ले पेपर हो गया यह चैक चेक करना है जी ये टाइम दसा गया कि पेपर किन्ने टाइम का होगा नैगेटिव मार्किंग नहीं होगी चंगी तरह मैनशन किया हो जी ਇਹ ਤੁਹਾਨੂੰ ਨੋਟੀਫਿਕੇਸ਼ਨ ਇਸ ਵੀਡੀਓ ਤੋਂ 1 ਘੰਟੇ ਦੇ ਬਾਅਦ ਸਾਡੇ ਟੈਲੀਗ੍ਰam ਚੈਨਲ ਦੇ ਵਿੱਚ ਮਿਲ ਜਾਵੇਗਾ ਉਸ ਤੋਂ ਬਾਅਦ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਹੁਣ ਮਿਲਦੇ ਹਨ ਨਵੀਆਂ ਪੋਸਟਾਂ ਦਾ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰਾਬ ਰੱਖਾ